ਅੱਜ ਸਾਡੇ ਨਾਲ ਪਾਰਟੀਸ਼ਨ ਦੀਆਂ ਯਾਦਾਂ ਸ਼ੇਅਰ ਕਰ ਰਹੇ ਨੇ ਬਾਬਾ ਵਲੀ ਮੁਹੰਮਦ। 47 ਵਿੱਚ ਉਹ ਕੋਟ ਦੀਵਾਨ ਦੇ ਰਿਹਾਇਸ਼ੀ ਆਏ। ਕੋਟ ਦੀਵਾਨ ਪਾਕ ਪਤਨ ਦੇ ਨੇੜੇ ਇੱਕ ਛੋਟਾ ਜਿਹਾ ਪਿੰਡ ਹੈ। ਆਓ ਉਹਨਾਂ ਦੀਆਂ ਯਾਦਾਂ ਸੁਣਨੇ ਆ। ਨਾਮ ਕੀ ਹੈ ਜੀ? ਵਲੀ ਮੁਹੰਮਦ। ਵਲੀ ਮੁਹੰਮਦ, ਤੁਹਾਡੇ ਵਾਲਦ ਸਾਹਿਬ ਦਾ ਤੇ ਦਾਦਾ ਜੀ ਦਾ? ਗੁਲਾਮ ਮੁਹੰਮਦ। ਗੁਲਾਮ ਮੁਹੰਮਦ ਆ ਡੇ ਦਾ ਤਰਾਏ ਪੀੜੀਆਂ ਪੁੱਛਣੀਆਂ ਨੇ। ਹਾਂਜੀ, ਗੁਲਾਮ ਮੁਹੰਮਦ ਤੇ ਤੁਹਾਡੇ ਦਾਦਾ ਦਾ ਕੀ ਨਾਮ ਦੱਸਣ ਹੈ? ਆਡਾ ਆਡਾ ਆਡਾ। ਹਾਂ, ਅੱਛਾ ਅੱਛਾ। ਤੇ ਤੁਸੀਂ ਕਿੰਨੀ ਕੁ ਉਮਰ ਹੈ ਤੁਹਾਡੀ ਜਿਹਦੇ ਨਾਲ ਪਾਕਿਸਤਾਨ ਬਣਿਆ? ਜੀ ਇਹ ਮਾਈ ਦੀ ਗੱਲ ਹੈ, ਮੈਨੂੰ ਹੁਣ ਕਿਹੜਾ ਪਤਾ, ਸੁਣਨ ਦੀ ਗੱਲ ਹੈ ਵੀ 39 ਤੇਰਾ ਜੰਮ ਹੈ। 39 ਜੰਮ ਹੈ। ਹਾਂ, ਮਤਲਬ ਤੁਸੀਂ ਇਹ ਉਦੋਂ 8 ਸਾਲ ਦੇ ਹੈ। ਅਗਾਂਧਾ ਦਾ ਲਾ ਲਓ। ਤੁਹਾਨੂੰ ਯਾਦ ਹੈ ਗੱਲਾਂ ਉਸ ਦੌਰ ਦੀਆਂ ਕੋਈ? ਕਈ ਹੈਨ ਯਾਦ, ਕਈ ਭੁੱਲ ਜਾਂਦੀ ਆ। ਮੈਨੂੰ ਖਾਬ ਤਰ੍ਹਾਂ ਉਸਨ ਚ। ਹਾਂ, ਮੈਨੂੰ ਫਾਲਾ ਜਵੱਜਾ 12 ਵਾਲੀ। ਅੱਛਾ ਜੀ। ਤੇ ਅੱਲਾ ਦੀ ਜ਼ਾਤ ਨੇ ਕਰਮ ਕੀਤਾ, ਮੈਂ ਤੁਰਿਆ ਵੀ ਬਣਾ ਹਾਲੀ। ਹਾਂ, ਮਾਸ਼ਾ ਅੱਲਾ। ਹਾਂਜੀ, ਅੱਲਾ ਤਾਲਾ ਤੁਹਾਨੂੰ ਸਿਹਤਮੰਦ ਹੀ ਰੱਖੇ। ਤੇ ਉਦਣ ਕਿੱਥੇ ਰਹਿੰਦੇ, ਕਿੱਥੇ ਆ ਤੁਸੀਂ? ਕੋਟ ਦੀਵਾਨ ਦੇ। ਅੱਛਾ, ਕੋਟ ਦੀਵਾਨ ਰਹਿੰਦੇ ਜੀ। ਆ ਉੱਥੇ ਤਾਂ ਸੁਣਿਆ ਕਾਫੀ ਹੋਰ ਹਿੰਦੂਆਂ ਦੇ ਘਰ ਵੀ ਹੈ। ਇੱਕ ਕਿਰਾੜਾ ਦਾ ਹੈ ਸਮਾਲਾ, ਮੈਨੂੰ ਗਣਪਤ ਕਿਰਾੜ ਹਾ, ਇੱਕੋ ਬੁੱਢਾ ਬੰਦਾ ਗਣਪਤ ਗਣਪਤ ਉਹਦੇ ਨਾਂ ਹਾ। ਉਸ ਦੁਕਾਨ ਗੱਤੀ ਹੋਈ ਮੁੰਡਾ ਸੀ, ਮੂੰਗਫਲੀ ਨਿੱਕੇ ਨਿੱਕੇ ਆ ਜਾਂ ਬਾਜ ਕੇ ਲੈਂਦੇ ਆ। ਮੂੰਗਫਲੀ ਤੇ ਗੂਗੀ ਲੈਣੀ, ਗੂਗੀ ਕਿਹਨੂੰ? ਗਰੀ ਨੂੰ ਸੱਦੇ ਆ। ਅੱਛਾ, ਗਰੀ ਨੂੰ ਗੂਗੀ ਸੱਦੇ ਆ। ਹਾਂ, ਗੂਗੀ ਸੱਦੇ ਆ। ਅੱਛਾ, ਉਹ ਗਣਪਤ ਦੀ ਦੁਕਾਨ ਆਈ ਕੋਟ ਦੀਵਾਨ ਵਿੱਚ? ਕੋਟ ਦੀਵਾਨ ਦੇ। ਤੁਸੀਂ ਉਹਦੇ ਕੋਲ ਜਾ ਕੇ ਚੀਜ਼ਾਂ ਲੈਂਦੇ ਆ? ਹਾਂ, ਸੌਦਾ ਸਰਵ ਸਾਰਾ ਸੌਦਾ ਸੌਦਾ ਲਾਇਆ ਹੁੰਦਾ। ਅੱਛਾ, ਹੋਰ ਤੁਹਾਨੂੰ ਕੋਈ ਯਾਦ ਨਹੀਂ ਵੀ ਉੱਥੇ ਕੋਈ ਹੋਰ ਹਿੰਦੂਆਂ ਦੇ ਘਰ ਹੋਵੇ ਜਾਂ ਸਿੱਖਾਂ ਦੇ? ਨਹੀਂ, ਘਰ ਇੱਕ ਹੀ, ਕੋਈ ਨਹੀਂ ਹੋਰ? ਹਾਂ ਹੀ ਕੋਈ ਨਹੀਂ, ਉਹ ਕੋਈ ਨਹੀਂ ਆ, ਬਸ ਉਹ ਗਣਪਤ ਦਾ। ਹਾਂ, ਉਹ ਗਣਪਤ ਆ ਕਿਰਾੜ। ਹਾਂਜੀ, ਉਹਦੀ ਦੁਕਾਨ ਆਈ? ਉਹਦੀ ਦੁਕਾਨ ਆਈ। ਅੱਛਾ, ਉਹਦੇ ਕੋਲ ਸੌਦਾ ਪਤਾ ਲੈ ਲੂ ਲੈਂਦੇ ਆ। ਮੈਂ ਸਾਰਾ ਪਿੰਡ ਹੀ ਲੈਂਦਾ, ਮੈਨੂੰ ਕਿਹੜਾ ਪਤਾ ਕਿ ਅਜਿਹਾ ਸੌਦਾ ਹੁੰਦਾ। ਆਪਣੀ ਬਰਾਦਰੀ ਕਿਹੜੀ ਹੈ ਜੀ? ਕਿਹੜੀ ਬਰਾਦਰੀ ਆਪਣੀ? ਬਲੋਚ ਮਾਰਕਾ। ਅੱਛਾ, ਤੇ ਉਹ ਉੱਥੇ ਆਪਣੇ ਕੰਮ ਕੀ ਕਰਦੇ ਆ ਤੁਹਾਡੇ ਬਜ਼ੁਰਗ? ਕੰਮ ਕਰਦੇ ਆ ਜੀ, ਖੂਹ ਵਾਹਦੇ ਆ, ਬੋਏ ਵਾਹ ਤੇ ਬਲਦਾਂ ਨਾਲ, ਤੇ ਉਹ ਵਾਹੀ ਕਰਦੇ ਆ। ਆਪਣੀ ਜ਼ਮੀਨ ਆਈ ਜੀ ਕਿ ਕਿਸੇ? ਨਹੀਂ ਜੀ, ਦੀਵਾਨ ਨਹੀਂ ਆਈ। ਬਾਬਾ ਫਰੀਦੋਦੀਨ ਦਾ ਰਕਬਾ ਜਿਹੜਾ ਹੁਣ ਟੁੱਟਿਆ ਪਿਆ। ਅੱਛਾ ਅੱਛਾ, ਇਹ ਵਾਂਦਾ ਮੇਰਾ ਦਾਦਾ ਵੀ ਵਾਂਦਾ ਜੀ ਜੀ, 1800 ਚ ਆਇਆ। ਅੱਛਾ, ਉਹ ਮੁੜ ਸੌ ਤੋਂ ਖੁਰ ਕੇ ਤੇ ਲੱਗ ਗਿਆ, ਉਹ ਮੁੜ ਫੌਤ ਹੋ ਗਿਆ, ਮੁੜ ਮੇਰਾ ਪਿਓ ਵਾਂਦਾ ਰਹਿ, ਉਹ ਵੀ ਫੌਤ ਹੋ ਗਿਆ, ਮੁੜ ਮੈਂ ਆਇਆ, ਸਭ ਮਾਰੇ ਚ ਆ ਗਿਆ। ਤੇ ਮੇਰਾ ਮੁੜ ਕੋਈ ਨੁਕਸਾਨ ਹੋਇਆ ਤੁਹਾਡੇ ਚ, ਮੈਂ ਇੱਥੇ ਆ ਗਿਆ। ਦੀਵਾਨ ਸਾਹਿਬ ਦੀ ਜ਼ਮੀਨ ਹੈ ਤਾਂ ਹੀ ਇਸ ਪਿੰਡ ਨੂੰ ਕੋਟ ਦੀਵਾਨ ਨਾਮ ਵੀ ਹੈ। ਹਾਂ, ਇਹ ਡੱਕੂ ਚਿਸ਼ੀ ਮੌਜ਼ਾ ਇੱਕੋ ਹੈ। ਡੱਕੂ ਚਿਸ਼ਤੀ ਪੁਰਾਣਾ ਹਾ, ਡੱਕੂਆਂ ਦਾ। ਉਹ ਮੁੜ ਬਾਬਾ ਫਰੀਦ ਨੂੰ ਲੰਗਰ ਕੱਤ ਗਏ। ਠੀਕ ਹੈ, ਉਹ ਬਰਾਨਾ ਪਈਆਂ ਹੀ ਆ, ਮੇਰੇ ਸਮਾਲੇ ਚੰਗੇ ਬੜੇ ਜਾਂਗਲੇ ਰਹੇ। ਹਾਂਜੀ, ਜੰਗਲ ਉਸ ਸਾਰਾ। ਉਹ ਮੁੜ ਵਾਂਦਾ ਵੂੰਦਾ ਰਿਹਾ ਹੌਲੀ ਹੌਲੀ, ਮੁੰਡਾ ਲਾਟਾ ਹੋ ਗਈ, ਰਕਬਾ ਟੁੱਟ ਗਿਆ ਜੀ ਸਰ। ਤੇ ਮੁੜ ਵਾਂਦੇ ਰਹੇ, ਅਖੀਰ ਮੁੜ ਮੇਰੀ ਤਾਂ ਚੋਰੀ ਚੋਖੀ ਹੋ ਗਈ, ਤੇ ਮੈਂ ਉੱਥੋਂ ਬਰਲਿਆ ਨਿਕਲ ਤੇ ਇੱਥੇ ਆ ਗਏ। ਇੱਥੇ ਮੇਰੇ ਨਾਨਕੇ ਆਏ, ਦੋ ਚੱਕੇ ਚਾਹ ਗਏ ਆ ਗਿਆ। ਉੱਥੇ ਆਪਣੇ ਕੋਟ ਦੀਵਾਨ ਦੇ ਨਾਲ ਪਰਾਂ ਪਾਟੀਪੁਰ, ਉੱਥੇ ਵੀ ਹਿੰਦੂ ਰਹਿੰਦੇ ਆ ਕੋਈ? ਸਾਡੇ ਹਿੰਦੂ ਆਏ ਹੈ, ਸਹੀ ਮੁਸਲਮਾਨਾਂ ਦੇ ਘਰ, ਲੇਕਿਨ ਘਣੇ ਉੱਥੇ ਹਿੰਦੂ ਰਹਿੰਦੇ ਆ ਪਾਟੀ, ਸਾਰੇ ਹੀ ਹਿੰਦੂ ਆਏ। ਅੱਛਾ, ਹਾਂ, ਉਹਨਾਂ ਦੇ ਨਾਮ ਤਾਂ ਤੁਹਾਨੂੰ ਨਹੀਂ? ਉਹਨਾਂ ਦਾ ਨਾਮ ਮੈਨੂੰ ਨਹੀਂ ਪਤਾ, ਨਹੀਂ ਪਤਾ, ਬੋਲ ਲੱਗਿਆ। ਠੀਕ ਹੈ, ਉਹਨਾਂ ਦੀ ਕੋਈ ਉਹ ਸਲਾਮਤੀ ਨਾਲ ਨਿਕਲ ਗਏ, ਕੋਈ ਹਮਲਾ ਹੁਮਲਾ ਉਹਨਾਂ 'ਤੇ ਹੋਇਆ ਕਿ ਲੜਾਈ ਲੜੂਈ ਕੋਈ? ਨਾ, ਲੜਾਈ ਵੇਖੀ ਹੈ ਜੀ, ਗਿਆ ਹਾਂ। ਹਾਂਜੀ, ਵਾਹ ਵਾਹ, ਡਾਕੋਰ ਸਰ ਆਸ ਭੱਜ ਭੱਜ ਤੇ ਗਿਆ ਮੈਂ, 6-7 ਸਾਲਾਂ ਦਾ ਗੱਠਾਂ ਦਾ ਆਸ, ਅਤੇ ਉਸ ਵੇਲੇ ਲੜਕੇ ਤਕੜੇ ਹਿੰਮਤ ਵਾਲੇ ਹੁੰਦਾ, ਦੁੱਧ ਗਿਓ ਆਮ ਪੀਂਦੇ। ਤੁਸੀਂ ਪਾਟੀਪੁਰ ਗਏ ਨੇ ਉਵੇਂ ਤੁਸੀਂ ਭੱਜਦੇ? ਮੈਂ ਹਾਂ ਭੱਜ ਕੇ ਗਿਆ ਸੀ, 8-10 ਛੁਆ ਰਾਸ ਹੈ। ਉਹ ਜਿੱਥੇ ਕੋਟ ਦੀ ਹੱਦ ਹੈ ਪਰੂ, ਅਤੇ ਪਾਟੀਪੁਰ ਤੋਂ ਕਿਤੇ 4-5 ਕਿੱਲੇ ਓਲੇ ਪਾਸੇ, ਦਿਲਾ ਵਾਲੇ ਪਾਸੇ, ਉੱਥੇ ਗਏ ਹੈ। ਲੁਹਾਰ ਆਉਂਦਾ ਗੋਮਾ ਮਰ ਗਿਆ ਹੈ ਪਾਟੀਪੁਰ, ਉਹਦੇ ਕੋਲ ਬੰਦੂਕ ਆਈ। ਅੱਛਾ, ਉਹ ਸਗੋਂ ਖੜਕਾ ਕੀਤਾ, ਅਸੀਂ ਖੜੇ ਛੱਡੇ, ਜਾਂ ਬਾਈ ਤੇ ਪਿੱਛਾ ਆ ਗਏ। ਵਾਜਵੇ ਲੋਟੀ ਉਸਦੇ ਪਈ ਖੜਿਆ, ਮੁਲਕ ਪੰਡਾਂ ਸੱਟਦਾ ਮੰਜੀਆਂ, ਇੱਕੋ ਸੰਦੂਕ ਸਿਰ ਤੇ ਹੋਵੇ ਕਿਸੇ ਦੇ ਸਿਰ ਤੇ ਕਾਇਸ਼ੇ, ਉਹ ਫਾਹ ਬਰਾਰ ਕੋਈ ਬਚ ਚੱਲਿਆ। ਉਹ ਪਿੱਛੇ ਪਤਾ ਲੱਗੇ ਉਹਨੇ ਬਾਈ, ਉਹ ਤਾਂ ਗੋਮੇ ਲਵਾਰ ਛੱਡੀ ਹੈ, ਅਤੇ ਉਸ ਵੇਲੇ ਉਹ ਹਿੰਦੂ ਅੱਗੇ ਵੱਡਣ ਨਾਲ ਨਿਕਲ ਗਏ। ਉਹ ਨਿਕਲ ਗਏ ਅਤੇ ਲੋਕਾਂ ਨੇ ਉਹਨਾਂ ਦਾ ਸਮਾਨ ਲੁੱਟ ਲਿਆ।
लुट लिया तवे ते रोटियां वेखियां पाइयां तवे ते चुल्हा ते लांदे पाया ने ते लान हो गया उन्हें उवे हर कोई जाना लाए ते निकल गया। हाँ वो बाबा तकड़े है हिंदू खांदे पींदे है रकबला जिथे उन बैठे वसी शरीफ वाले ये रकबा वो है उन्हें हिंदुआ का मुड़ो तू कई घर आए न जिन्हां दे रकबे ओदे हाए इत्थे भी तो गिना दे रकबे आदे हाए वो रकबा उन्हां दे ना हो गया जेती जेती आने का चंगेरा कीता इन्हें उन्हां नूं पता है कोट दीवान दे बंदे भी कोई लोटी शोटी कीती उत्थे जाते पाटीपुर करदे रहे मैं तो ये तक गुनाह किया कि गया तो जिस बंदूक छुट्टी तो पिछा बजा वो एडा कि टोटा सड़ी का भाई उत्थे पिया चाया खबर कह सटे कि भाई वो एक लाया आता संगली का टोटा लाया हाँ लाया आता एडा का अच्छा मुड़ खबर कि मां प्यो कि गोल किया मैनू के पता सही हाँ मैनू नहीं पता अच्छा, बाकी पिंड बंदे समान संदूक वगैरह आप वेख चाहते लिया सारा कुछ वेख्या है माल मनी भी ला आंदा इन्हें मई गाय बड़ा द लोकी हड़ा पंजालियां ताई चांदे राया ते असी आ कोट वाली पुल तू इधर नाल रक जेड़ा लांदा रकबा है ना ये रकबा मेरा दादा बांधा तो मुड़े असी जांदे आंदे वेंदे रहंदे वा जथे जथे ही सद्दे ने जेड़े एदू योदे जांदे आ बड़े वेखे ने जांदे नार ते लगदे नार चार किले तक नार ता नार ही राह लगते आए कई और पक्की जी हूँ बनी खड़ी है परमानेंट कच्ची आई है तो कल बनती पाई खादर नारे जेडे इतू जो बंद जाते आए वो भी खादर से जाना क्यों राह कोई बिचू नाले लगे हुए हैं हाँ तो मुड़ बंदा ये आ भाई जल बूटा मुड़ कहें बढ़ना लकड़ डाम घने पैदल ही लगते लगते घने रात ही आए माता वेखर आदि नसल हो रही होंगी छोर आदि बड़ा छोटा जा बड़ा फर्क आ वो मुड़ रल रोल से असी लोग चपते पर उद सू माँ प्यो निकल नहीं देता तो बस ओदे वेहदे बदे आए तो एक ऐलान हो जाना जी सिख पै गए सिख पै गए मैं तो सिख अखी वेख्या कोई नहीं पेड दीवान कहा सुंजा हो जाता बंदा ही कोई नहीं लभदा निकल जाता कोई आंदा इदू माता पाए गए कोई आदे डोगरे पाए गए अच्छा मैं तो पिया वेख्या कोई यानी इतना खौफ आ भी है मैं गल खुल जाती है तो लोग निकल जाते हैं घर छड़ना होता मां प्यो नु छड़ जाते हैं मां प्यो जेड़ा वो उन्होंने औलाद बोल जाती आई मैं आदे प्यो दे नाल खड़ा होवां कोट वाली पुल तो पर मोगा काले छाल उस तो पहले पास वो पाटीपुर दिलाड़े पास माल भेडा बकरिया ओट बड़े घर ही बांधे तो अगू वाही आई साड़ी वो सानू तो जाना पाँगा उत खड़े हो माल बगाड़िया बड़िया होवन तो इदू दीवान भी मोटर आ गए गुलाम कुतब दे दीवान गुलाम कुतब सजादा जी वो आते ते जिते सी अस कुदरती ठलिया नहीं गड्डी नार दे उत्ते चा ते आदम वेख्या भाई आ कौन आ गए तो माल खड़े छड़े चार कोई बच गया पर ये मेरे अखी वेखण दी गल हां बाबा जी जेड़े तुसीं दस्से पे काफले खादर नार दे उत्ते उत्ते जांदे है हां ते आसे पासे जेड़े पिंडां वाले उस काफले ते हमला ते नहीं करदे है नहीं कोई नहीं नहीं कीता इन्हें ठीक है ते नार वेंदे रहे हैं भरी च बांधी रही बंदे आंदी अच्छा विच लाशा तुसी ओ वेंदे रहे ओ मैं पीछे भी वेंदा रहा तो उस मौके लाश आ माई अच्छा अई आंदी आई नार विच लाशा तरियां जांदी तरियां जांदी
ते जे अमर रब दे नाल पर रजवा दे मुंह च आंदी रही ते उथों चाह ते और अनार च अपने बंदे सटनी जाओ इतनी मार दाल ए लुड़े जांदे मैं अखी नाल वेखे ते उत्तों मुड़ पिछे भी बांधा रहा तो मुड़ पिछे हौली हौली जिहड़ा एक महीना है ना भादरू वाला इस दे विच तां इवें टुरियां रहियां लाशां पिछू आउंदियां ही इत्थे कोई नहीं किसे मारिया नहीं मारिया जिहड़े अपने पिंड दा गणपत आ दुकानदार ਅਗਾਂ ਦਾ ਨਹੀਂ ਪਤਾ ਬਈ ਉਹ ਕਿਹਦੇ ਅੱਗੇ ਲੈ ਗਿਆ ਕਿ ਸ਼ਹਿਰ ਦਾ ਹਾ ਜਾਂ ਪਾਟੀਪੁਰ ਦਾ ਜਾਂ ਕਿਸੇ ਹੋਰ घर बार लामे आसू एक सवानी आसू पोतर जिया हासू सही पर घट आंदे आए जे आंदे उस मैनू ना दा संभाला संभाला नहीं है ਮੁਸਲਮਾਨ ਆਏ ਇੰਡੀਆ ਦੇ ਰੂਠੀ ਤੇ ਉਹ ਆਏ ਕੋਰਟ ਦੀਵਾਨ ਕੁਝ ਇੰਡੀਆ ਦੇ ਰੂਠੀ ਤੇ ਆਏ ਬੰਦੇ ਕਿ ਨਹੀਂ ਕੋਰਟ ਨਹੀਂ ਆਏ ਸਾਡਾ ਬਲੋਦ ਮੇਰੇ ਪਿਓ ਦਾ ਲੈ ਗਏ ਆ ਅੱਛਾ ਉਧਰ ਲੈ ਅੱਛਾ ਉਦੋਂ ਆਉਂਦੇ ਹੋਏ ਇੱਥੋਂ ਲੱਗਦੇ ਹੋਏ ਹਾਂ ਤੇ ਸਾਡਾ ਮਾਲ ਉੱਥੇ ਚਰਦਾ ਪਿਆ ਤੇ ਉਹਨਾਂ ਵਾਲ ਤੇ ਵਿੱਚ ਗੱਤ ਲਿਆ ਅੱਛਾ ਉਹਦੇ ਮਾਲ ਦੇ ਨਾਲ ਰਲਾ ਹਾਂ ਉਹ ਕੋਈ ਬੰਦਾ ਵਹਿੰਦਾ ਪਿਆ ਤੇ ਉਸ ਮੇਰੇ ਪਿਓ ਨੂੰ ਗੱਲ ਕੀਤੀ ਉਸ ਕਹਾ ਤੁਹਾਡਾ ਕਾਫਲਾ ਜਿਹੜਾ ਮੁਸਲਮਾਨਾਂ ਦਾ ਆਇਆ ਫਲਾਣਾ ਬੜੋ ਤੁਹਾਡਾ ਉਹ ਲੈ ਗਿਆ ਠੀਕ ਹੈ ਅੱਛਾ ਜੋ ਮਾਲ 'ਚ ਵੇਖਿਓ ਸੋ ਕੋਈ ਨਾ ਉਸ ਮੋੜ ਉਹ ਅਨਾਰ ਮਗਰ ਮਾਰ ਲਈ ਇਹ ਆਪਣੀ ਹੁਣ ਤਾਂ ਸ਼ਹਿਰਾਂ ਦੇ ਨਾਂ ਹੀ ਬਣ ਗਏ ਨੇ ਜੋਟੀ ਵਾਲੀ ਪੁਲ ਸੱਦਿਆ ਓਟੇ ਵਾਲੀ ਜੋਟੀ ਵਾਲੀ ਪੁਲ ਹਾਂ ਜੋਟੀ ਵਾਲੀ ਪੁਲ 'ਤੇ ਖੇ ਮੈਂ ਗਿਆ ਅਤੇ ਉੱਥੇ ਬੈਠਾ ਕਾਫਲਾ ਬਹਿ ਰਿਹਾ ਉਹਨਾਂ ਨੂੰ ਮੈਂ ਆਖਿਆ ਵੀ ਮੀਆਂ ਆ ਫਲਾਣੀ ਸਾਰਾ ਬਲਵੰਦ ਮੇਰਾ ਹੈ ਅਤੇ ਮੈਂ ਵਸਨੀਕ ਇੱਥੋਂ ਦਾ ਅਤੇ ਤੁਸੀਂ ਮਿਹਰਬਾਨੀ ਕਰੋ ਬਲਦ ਮੇਰਾ ਮੈਨੂੰ ਦਿਓ ਉਹ ਪਹਿਲੇ ਤਾਂ ਉਹਨਾਂ ਹੋਰਾਂ ਪਾਰਾਂ ਕੀਤੀ ਅਤੇ ਪਿੱਛੇ ਉਹਨਾਂ ਆਖਿਆ ਬਲਵੰਦ ਇਸੇ ਦਾ ਹੈ ਫਲਾਣੀ ਸਾਰੂ ਇਹ ਬੰਦਾ ਹੈ ਅਤੇ ਬਲਵੰਦ ਹੀ ਆਪਾਂ ਉੱਥੋਂ ਫਦੇ ਆਏ ਇਹ ਮੀਆਂ ਨੂੰ ਦਿਓ ਵਾਪਸ ਉਹਨਾਂ ਵਾਪਸ ਚ ਕੀਤਾ ਉਹ ਰਾਤੀ ਸੋਤੇ ਡਲੇ ਆਇਆ ਵਾਪਸ ਲੈ ਕੇ ਆਇਆ ਉਹ ਵਿਚਾਰੇ ਬੜੇ ਉਹ ਵੀ ਜਿਹੜੇ ਇਦੂ ਜਾਂਦੇ ਪਏ ਉਦੋਂ ਆਏ ਤਾਂ ਵਿਚਾਰੇ ਉਜੜੇ ਉਜੜੇ ਹੋਏ ਹੁੰਦੇ ਆਏ ਉਜੜੇ ਹੋਏ ਮੁੜ ਚਾਵਣ ਦਾ ਆਡਰ ਤਾਂ ਕਿਸੇ ਨੂੰ ਹੋਇਆ ਨਾ ਜੇ ਜੇ ਕਿੰਨਾ ਦਾ ਹੋਇਆ ਉਹ ਰਾਹ ਲੁੱਟੀ ਪੁੱਟੀ ਜਾਂਦੇ ਆ ਉੱਥੇ ਤਾਂ ਜਾਨ ਵੀ ਪੈ ਗਈ ਜਾਨ ਨਹੀਂ ਪੈ ਗਈ ਸੁਣਨ ਵਾਲੀਆਂ ਗੱਲਾਂ ਨੇ ਬਈ ਉਹ ਜਿਹੜਾ ਸ਼ਾਹ ਡਲੇਵਰ ਆਪਣੇ ਪਾਕਿਸਤਾਨ ਦਾ ਕਰਾਚੀ ਲੈ ਆਉਂਦਾ ਗੱਡੀ ਲਾਹੌਰ ਉਹ ਸੁਣਨ ਵਾਲੀ ਗੱਲ ਆਏ ਵੇਖੀ ਨਹੀਂ ਆ ਮੈਂ ਕੀ ਸੁਣੀ ਨੇ ਉਹ ਇਹ ਸੁਣੀ ਆਏ ਬਾਈ ਪਾਕ ਪਤਨ ਤੋਂ ਅੱਗੇ ਕੁਵਾਰੀ ਵਾਲਾ ਅਤੇ ਅੱਗੇ ਦਰਬਾਰ ਵਾਲਾ ਉਸ ਦਰਬਾਰ ਦੇ ਆਲੇ ਸਟੇਸ਼ਨ 'ਤੇ ਗੱਡੀ ਆ ਉਸ ਰੋਕੀ ਚਹਾਈ ਸਾਰੇ ਹਿੰਦੂਆਂ ਦੀ ਭਰੀ ਹੋਈ ਉਹ ਜਿਸ ਵੇਲੇ ਉੱਥੇ ਇੱਕ ਬੱਠਾ ਹਾ ਅੱਗੇ ਕਦੇ ਦਾ ਜਿਵੇਂ ਆ ਪੁਰਾਣੇ ਬੱਠੇ ਹਨ ਉਹ ਬੱਠਾ ਹਾ ਅਤੇ ਉੱਥੇ ਉਹਨਾਂ ਉਹ ਸ਼ਾਹ ਹਾ ਆਪਣਾ ਅੱਗੇ ਲੈਣ ਆਈ ਨਾ ਹਵੇਲੀ 'ਚ ਪਰਾਂ ਜਾਂਦੀ ਬੰਗਲੇ ਨੂੰ ਕਰਾਚੀ ਅਤੇ ਫਿਰੋਜ਼ਪੁਰ ਨੂੰ ਫਿਰੋਜ਼ਪੁਰ ਨੂੰ ਜਗ੍ਹਾ ਖਬਰ ਦਿੱਲੀ ਨੂੰ ਜਾਂਦੀ ਜਾਂਦੀ ਆਈ ਉਹਦਾ ਘਰ ਦਾ ਕੁਨਬਾ ਉਹਨਾਂ ਖਤਮ ਕੀਤਾ ਹਿੰਦੂ ਇਹ ਮੁੜ ਅਖਬਾਰਾਂ 'ਤੇ ਹੀ ਸੁਣਦੇ ਰਹੇ ਹਾਂ ਵਹਿੰਦੇ ਰਹੇ ਹਾਂ ਅਤੇ ਮੁੜ ਟ੍ਰੇਨ ਚਲਾਉਂਦਾ ਸ਼ਾਹ ਉਹਦੇ ਘਰ ਦਾ ਕੁੰਭ ਉਹਨਾਂ ਸਾਰੀ ਫੈਮਿਲੀ ਮਾਰ ਦਿੱਤੀ ਸ਼ਹੀਦ ਕਰ ਦਿੱਤਾ ਉਹ ਸ਼ਹੀਦ ਹੋ ਗਏ ਅਤੇ ਉਹ ਹਾਂ ਰੱਬੀ ਲੱਗ ਆਇਆ ਆਈਦੇ ਅਤੇ ਉਹ ਮੜੇ ਸਲੈਂਡ 'ਤੇ ਹੋ ਗਿਆ ਉਹ ਬਲਤੇ ਲੈਂਦਾ ਅਤੇ ਆਮ ਹੀ ਲਾਂ ਨੇ ਕਰਦਾ ਬੰਦਿਆਂ ਦੇ ਮੂੰਹ ਮੈਂ ਗੱਲਾਂ ਸੁਣੀਆਂ ਆਈਆਂ ਮੈਂ ਨਹੀਂ ਸੁਣਿਆ ਬਾਈ ਮੈਂ ਲਾਇਆ ਸਾਂ ਮੇਰੇ ਗੱਡੀ ਦੇ ਵਿੱਚ ਮੁਸਲਮਾਨ ਨਹੀਂ ਚੜ੍ਹਦਾ
मेरे घर वाको मैं गल वो भी कर रहा दरबार स्टेशन नहीं है कुबारी आले तो पैदा गड्डी रोक दी मुड़ा माला मत बंदे पै गए लुट भी लिया थोड़ा गाना हन है या गाना हन है रब जानता है वो ये गल्ला मुल उत्थे दे बंदे इत्थे आया है वो ये गल्ला कर दे ओ पार्टी पर उन्होंने हवेलियां पक्कियां आईयां हां पार्टी पर वाले जेड़े हिंदू उन्होंने हवेलियां पक्कियां आईयां उदन हवेलियां घर जेड़े मकान उसेले बनदे आ लोग सद्दे आए एवें बस कच्चे बने हुए इटा कच्चिया दे गुम्मे बांध दे बर्दा दे गुम्मा की जी का बना है बच्चे कितने थे जिम्मेदार आए जिम्मेदार आए इको पार्टी पोर्ट दे बेच हाँ जेडी कोठी होने खड़ी है अच्छा जी वड़ा डेरा जिथे बोरी और पक्की पुरानी हवेली है ना वो पुरानी हिंदुआं दी है अच्छा ते हिके नादा जेड़ा वो मकान बसी शरीफ वाले बैठे वो सारा जेड़ा वो उसमें।